ਮੈਂ ਇੰਜੀਨੀਅਰ ਗੁਰਿੰਦਰ ਸਿੰਘ ਅੱਜ ਦੀ ਇਸ ਵੀਡੀਓ ਚ ਆਪਾਂ ਦੇਖਾਂਗੇ ਮੌਸਮ ਦੀ ਜਾਣਕਾਰੀ 1 ਮਈ ਤੋਂ ਲੈ ਕੇ 4 ਮਈ ਤੱਕ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਹੈਗੀ ਆ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਇੱਕ ਮੈਨੂ ਅੱਜ ਮੌਸਮ ਬਹੁਤ ਖਰਾਬ ਹੋ ਚੁੱਕਾ ਆ بارش ਹੋ ਰਹੀ ਹੈ ਸਵੇਰ ਦੀ ਕੱਲ ਸ਼ਾਮ ਵੀ بارش ਹੋ ਰਹੀ ਸੀ ਤਾਂ ਇਸ ਵੀਡੀਓ ਚ ਆਪਾਂ ਦੇਖਦੇ ਹਾਂ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ بارش ਹੋਣ ਦੀ ਸੰਭਾਵਨਾ ਹੈਗੀ ਆ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇੱਕ ਤਰੀਕ ਨੂੰ ਕਿੱਥੇ ਕਿੱਥੇ بارش ਹੈਗੀ ਹੈ ਤਾਂ ਜਿਵੇਂ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਇਸ ਮੈਪ ਵਿੱਚ ਇੱਕ ਤਰੀਕ ਨੂੰ ਤਿੰਨ ਤਰ੍ਹਾਂ ਦੇ ਜੋ ਮੈਪ ਦੇ ਵਿੱਚ ਰੰਗ ਆਪਾਨੂੰ ਦਿਖਾਈ ਦੇ ਰਹੇ ਨੇ ਜਿਹੜਾ ਤਾਂ ਨੀਲਾ ਰੰਗ ਇੱਕ ਤਰੀਕ ਨੂੰ ਇਹ ਕੀ ਕਹਿ ਰਿਹਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਤਰਨਤਾਰਨ ਅਮਰਸਰ ਫਿਰੋਜ਼ਪੁਰ ਤੇ ਇੱਧਰ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਵਿੱਚ 50 ਤੋਂ 75% ਤੱਕ ਵਰਖਾ ਹੋਏਗੀ ਇੱਕ ਤਰੀਕ ਨੂੰ ਠੀਕ ਹੈ ਉਸ ਤੋਂ ਬਾਅਦ ਆਪਾਂ ਦੂਜਾ ਰੰਗ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਦੂਜਾ ਰੰਗ ਦੇਖਦੇ ਹਾਂ ਫਿੱਕਾ ਹਰਿਆ ਜੋ ਤਾਂ ਉਹ 1 ਤੋਂ 5% ਤੱਕ ਵਰਖਾ ਦੱਸ ਰਿਹਾ ਬਠਿੰਡਾ ਤੇ ਮੋਗਾ ਦੇ ਵਿੱਚ ਇਨਾਂ ਦੋਵਾਂ ਜ਼ਿਲ੍ਹਿਆਂ ਵਿੱਚ 1 ਤੋਂ 25% ਤੱਕ ਵਰਖਾ ਹੋਏਗੀ ਇੱਕ ਦਿਨ ਨੂੰ ਮੀਂਹ ਵਰਖਾ ਨਾ ਹੋਣ ਦੇ ਬਰਾਬਰ ਹੀ ਹੈ ਬਹੁਤ ਘੱਟ ਵਰਖਾ ਹੋਏਗੀ ਤਾਂ ਦੀ ਤੀਜਾ ਜੋ ਰੰਗ ਹੈ ਜੋ ਗੂੜਾ ਹਰਿਆ ਹੈ ਉਹ ਇਹ ਦੱਸ ਰਿਹਾ ਹੈ 25 ਤੋਂ 50% ਤੱਕ ਵਰਖਾ ਹੋਏਗੀ ਉਹ ਕਿੰਨਾ ਵਿੱਚ ਹੋਏਗੀ ਮੁਕਸਰ ਸਾਹਿਬ ਤੇ ਫਰੀਦਕੋਟ ਬਾਕੀ ਇਧਰਲੇ ਜਿਹੜੇ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਤੇ ਪਟਿਆਲਾ ਫਾਤੇਗੜ ਸਾਹਿਬ ਐਸਐਸ ਨਗਰ ਤੇ ਰੂਪਨਗਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ 25 ਤੋਂ 50% ਤੱਕ ਵਰਖਾ ਹੋਏਗੀ 1 ਤਰੀਕ ਨੂੰ 1 ਮਈ ਨੂੰ ਤਾਂ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ 2 ਮਈ ਦੇ ਵਰਖਾ ਦੀ ਕੀ ਕੀ ਸੰਭਾਵਨਾ ਹੈਗੀ ਹੈ ਤਾਂ 2 ਮਈ ਨੂੰ ਜਿਵੇਂ ਤੁਹਾਡੇ ਸਾਹਮਣੇ ਦੇਖ ਰਿਹਾ ਬਹੁਤ ਜ਼ਿਆਦਾ ਗੂੜਾ ਹਰਿਆ ਰੰਗ ਹੈ ਜੋ ਕਿ 100% ਤੱਕ ਵਰਖਾ ਨੂੰ ਦਰਸਾਉਂਦਾ ਹੈ ਤੇ ਇਹ ਸਾਰੇ ਪੰਜਾਬ ਦੇ ਵਿੱਚ ਹੀ ਹੈ ਇਸ ਮਾਡਲ ਦੇ ਅਕਨੂੰ 2 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ 100% 75 ਤੋਂ 100% ਤੱਕ ਵਰਖਾ ਹੋਏਗੀ। ਕੋਈ ਜ਼ਿਲ੍ਹਾ ਛੱਡਿਆ ਨਹੀਂ, ਕੋਈ ਜ਼ਿਲ੍ਹਾ ਆਪਾਂ ਦੇਖ ਨਹੀਂ ਰਿਹਾ ਕਿਸੇ ਹੋਰ ਰੰਗ ਦਾ ਹੈਗਾ। ਬਹੁਤ ਜ਼ਿਆਦਾ ਸਾਰਾ ਪੰਜਾਬ ਵੀ ਇਸ ਵਰਖਾ 'ਚ ਘਿਰਿਆ ਹੋਇਆ ਹੈ। ਤਾਂ ਕੋਈ ਜ਼ਿਲ੍ਹਾ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਨਾ ਕੋਈ ਛੱਡਣ ਦੀ ਲੋੜ ਹੈ। ਤਾਂ 2 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਹੀ ਵਰਖਾ ਹੋਣ ਦੀ ਸੰਭਾਵਨਾ ਹੈਗੀ ਹੈ। ਉਹ ਵੀ ਸਾਰਾ 100% ਦੇ ਬਰਾਬਰ ਹਾਂ ਹੁਣ ਤਿੰਨ ਤਰੀਕ ਦੀ ਗੱਲ ਕਰੀਏ ਤਾਂ ਤਿੰਨ ਤਰੀਕ ਨੂੰ ਤੁਸੀਂ ਦੇਖ ਰਿਹਾ ਦੋ ਰੰਗ ਹੋ ਗਏ ਫਿਰ ਤਿੰਨ ਤਰੀਕ ਨੂੰ ਜੋ ਦੋ ਤਰੀਕ ਵਾਲਾ ਰੰਗ ਸੀ ਨੀਲਾ ਰੰਗ ਉਹ ਕੁਝ ਕੁ ਜ਼ਿਲ੍ਹਿਆਂ ਵਿੱਚ ਰਹਿ ਗਿਆ ਮਤਲਬ ਕਿ ਕੁਝ ਜ਼ਿਲ੍ਹਿਆਂ ਵਿੱਚ 75 ਤੋਂ 100% ਤੱਕਮੀ ਹੋਏਗਾ ਜਿਵੇਂ ਉਹ ਹੋ ਗਿਆ ਗੁਰਦਾਸਪੁਰ ਸਭ ਤੋਂ ਉੱਪਰ ਪਠਾਨਕੋਟ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਇਹਨਾਂ ਚੌਵਾਂ ਜ਼ਿਲ੍ਹਿਆਂ ਦੇ ਵਿੱਚ 75 ਤੋਂ 100% ਤੱਕ ਵਰਖਾ ਹੋਏਗੀ 3 ਤਰੀਕ ਨੂੰ ਬਾਕੀ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ 50 ਤੋਂ 75% ਤੱਕ ਵਰਖਾ ਹੋਣ ਦੀ ਸੰਭਾਵਨਾ ਇੱਥੇ ਵੀ ਹੈਗੀ ਹੈ ਠੀਕ ਹੈ 3 ਤਰੀਕ ਨੂੰ ਵੀ ਵਰਖਾ ਦੀ ਸੰਭਾਵਨਾ ਹੈਗੀ ਹੈ ਬਟ ਬਾਕੀ ਜੋ ਪੰਜਾਬ ਦੇ ਜ਼ਿਲ੍ਹੇ ਉਹਨਾਂ ਵਿੱਚ ਥੋੜੀ ਘੱਟ ਹੈ 50 ਤੋਂ 75% ਹੈ ਤੇ ਚਾਰ ਜ਼ਿਲ੍ਹਿਆਂ ਦੇ ਵਿੱਚ 75 ਤੋਂ 100% ਤੱਕ ਵਰਖਾ ਦੀ ਸੰਭਾਵਨਾ ਹੈਗੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 4 ਤਰੀਕ 4 ਤਰੀਕ ਨੂੰ ਜਿਵੇਂ ਤੁਸੀਂ ਦੇਖ ਰਹੇ ਹੋ ਦੋ ਰੰਗ ਦਾ ਮੈਪ ਹੋਇਆ ਹੈ ਇੱਕ ਤਾਂ ਜੋ ਇਹ ਰੰਗ ਹੈ 25 ਤੋਂ 50% ਤੱਕ ਵਰਖਾ ਹੋਏਗੀ ਇਹ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਹੋਏਗੀ ਗੁਰਦਾਸਪੁਰ ਪਠਾਨਕੋਟ ਇੱਧਰ ਅੰਮ੍ਰਿਤਸਰ ਤਰਨਤਾਰਨ ਫਰੀਦ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਫਾਜ਼ਿਲਕਾ ਤੇ ਇੱਧਰ ਆ ਜੀਏ ਮਾਨਸਾ ਸੰਗਰੂਰ ਪਟਿਆਲਾ ਲੁਧਿਆਣਾ ਫਤਿਹਗੜ੍ਹ ਸਾਹਿਬ ਰੂਪਨਗਰ ਹੁਸ਼ਿਆਰਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੰਜੀ ਤੋਂ 50% ਤੱਕ ਵਰਖਾ ਹੈਗੀ ਆ 4 ਤਰੀਕ ਨੂੰ ਬਾਕੀ ਜੋ ਚਾਰ ਕੁ ਜ਼ਿਲ੍ਹੇ ਨੇ ਜਲੰਧਰ ਕਪੂਰਥਲਾ ਮੋਗਾ ਤੇ ਬਠਿੰਡਾ ਇਹਨਾਂ ਵਿੱਚ 1 ਤੋਂ 50% ਤੱਕ ਵਰਖਾ ਹੈ ਤਕਰੀਬਨ ਇਹ ਵਰਖਾ 1 ਤੋਂ 50% ਹੈ ਜੋ 4 ਤਰੀਕ ਨੂੰ ਇਹਨਾਂ ਜ਼ਿਲ੍ਹੇ ਵਿੱਚ ਨਹੀਂ ਹੋਏਗੀ ਥੋੜੀ ਬਾਅਦ ਇਹ ਕਦੇ ਕਿਨਵੇਂ ਹੋ ਸਕਦੀ ਹੈ ਬਾਕੀ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ 50 ਤੋਂ 50% ਤੱਕ ਵਰਖਾ ਹੈਗੀ ਆ 4 ਤਰੀਕ ਨੂੰ ਵੀ ਤਾਂ ਇਹ ਸੀਗਾ 1 ਤਰੀਕ ਤੋਂ 4 ਤਰੀਕ ਤੱਕ ਮੌਸਮ ਦੀ ਜਾਣਕਾਰੀ 2-3 ਦਿਨ ਤੱਕ ਨੂੰ ਭਾਰੀ ਮੀਂਹ ਹੈਗਾ ਤਾਂ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ